ਪੰਜਾਬੀ ਫਿਲਮ ਇੰਡਸਟਰੀ ਦੀ ਉਹ ਅਦਾਕਾਰਾ ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਲੋਹਾ ਤਾਂ ਮਨਵਾਇਆ ਹੀ ਤੇ ਫਿਲਮ ਪ੍ਰੋਡਿਊਸਰ ਬਣ ਕੇ ਸਰਗੀ ਜਿਹੀ ਫਿਲਮ ਨੂੰ ਵੀ ਪ੍ਰੋਡਿਊਸ ਕੀਤਾ। ਜੀ ਹਾਂ, ਮੈਂ ਗੱਲ ਕਰ ਰਿਹਾ ਨੀਰੂ ਬਾਜਵਾ ਦੀ। ਹਾਲ ਹੀ ਦੇ ਵਿੱਚ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਇੱਕ ਪੋਸਟਰ ਲਾਂਚ ਕੀਤਾ ਸੀ। ਇਹ ਪੋਸਟਰ ਸੀ ਨੀਰੂ ਬਾਜਵਾ ਦੇ ਐਜ਼ ਅ ਪ੍ਰੋਡਿਊਸਰ ਆਉਣ ਵਾਲੇ ਨਵੇਂ ਪ੍ਰੋਜੈਕਟ ਦਾ, ਜਿਸ ਦਾ ਨਾਮ ਹੈ ਮੁੰਡਾ ਹੀ ਚਾਹੀਦਾ, ਜਿਸ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ। ਇਸ ਫਿਲਮ ਦੇ ਸ਼ੂਟ ਦੀ ਸ਼ੁਰੂਆਤ ਦੀ ਇਨਫੋਰਮੇਸ਼ਨ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਫਿਲਮ ਦੇ ਕਲੈਪ ਦੀ ਫੋਟੋ ਪਾ ਕੇ ਦਿੱਤੀ ਹੈ, ਜਿਸ ਨੂੰ ਸ਼ੇਅਰ ਕਰਦਿਆਂ ਨੀਰੂ ਬਾਜਵਾ ਲਿਖਦੀ ਹੈ, ਆਲ ਦ ਬੈਸਟ ਟੀਮ। ਦੱਸ ਦਈਏ ਤੁਹਾਨੂੰ ਕਿ ਸਰਗੀ ਤੇ ਚਿੰਨੋ ਕਮਲੀ ਯਾਰ ਦੀ ਤੋਂ ਬਾਅਦ ਨੀਰੂ ਬਾਜਵਾ ਇਹ ਤੀਸਰੀ ਫਿਲਮ ਪ੍ਰੋਡਿਊਸ ਕਰਨ ਜਾ ਰਹੀ ਹੈ। ਨੀਰੂ ਬਾਜਵਾ ਦੀ ਅਦਾਕਾਰੀ ਨੂੰ ਤਾਂ ਲੋਕਾਂ ਨੇ ਖੁਸ਼ੀ ਖੁਸ਼ੀ ਪ੍ਰਵਾਨ ਕੀਤਾ, ਪਰ ਤੁਹਾਨੂੰ ਕੀ ਲੱਗਦਾ ਨੀਰੂ ਬਾਜਵਾ ਦੀ ਪ੍ਰੋਡਿਊਸਡ ਫਿਲਮ ਨੂੰ ਲੋਕ ਕਿੱਦਾਂ ਐਕਸੈਪਟ ਕਰਨਗੇ? ਕਮੈਂਟ ਕਰਕੇ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।